अज असीं तुहानूं लैके चल रहे हैं राजू फास्ट फूड एंड चाट भंडार, जो कि मुल्लापुर विखे है। राजू फास्ट फूड अपने इलाके विच एक ब्रांड है। राजू फास्ट फूड मुल्लापुर के नाल नाल अगर नगर लुधियाना और जगराओं विखे भी अपनी सेवावां दे रहा है। इत्थों दा खाना बहुत ही वधिया क्वालिटी दा अते वाजिब दामां ते मौजूद है। इत्थे भल्ला चाट, पाओ भाजी, शेक्स, सूप्स, मसाला डोसा, बर्गर, पिज़्ज़ा, चाइनीज़ फूड अते होर वख-वख तरीके दी फैसिलिटी मौजूद है। दूरों दूरों ग्राहक इत्थे पहुँचते हैं ते इत्थों दे स्वादिष्ट खाने का आनंद माणते हैं। साडी टीम ने इत्थे ग्राहकां नाल गलबात की जिन्होंने राजू फास्ट फूड की बेहद तारीफ की। साडी टीम ने इत्थों दे ओनर नाल भी गलबात की जिन्होंने सानू राजू फास्ट फूड बारे विस्तार नाल जानकारी। आओ लेके चलते हैं तुहानू राजू फास्ट फूड एंड चाट भंडार मुल्लापुर विखे। बेटा किदां लगता है तुसीं इत्थे आए हो राजू स्वीट्स ते किदां लगता? बहुत वधिया लगता वा, इहना फूड बहुत टेस्टी हुंदा वा और हर बार टेस्ट दे विच थोड़ा जिहा होर मतलब जिदा आप घर खाने उदा दी फीलिंग आ जांदी। नहीं थोड़ा डिफरेंट हुंदा वा। वधिया हुंदा मतलब? हाँ जी। कोई ज़्यादा स्पाइसी ऑयली तां नहीं? हाँ नहीं नहीं, वधिया हुंदा क्वालिटी। बेटा कैसा लग रहा है? ठीक। ਨਾਲੇ ਸਭ ਨਾਲ ਵੱਡੀ ਗੱਲ ਆ, ਆਰਡਰ ਦਸ ਦੇ 10 ਮਿੰਟ ਦੇ ਵਿੱਚ ਤੁਹਾਡੇ ਕੋਲ ਰੈਡੀ ਹੋ ਕੇ ਤੁਹਾਡੇ ਟੇਬਲ 'ਤੇ ਪਹੁੰਚ ਜਾਂਦਾ। ਤੁਹਾਡੇ ਸਾਹਮਣੇ ਆ ਦੇਖੋ ਜੀ, ਵੇਟ ਵੀ ਨਹੀਂ ਕਰਦੇ। ਹਾਂਜੀ, ਤੁਹਾਡੇ ਸਾਹਮਣੇ ਆ ਦੇਖੋ। ਬੇਟਾ ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਕਿੱਦਾਂ ਦੇ ਟੇਸਟ ਹੁੰਦੇ ਇੱਥੇ? ਮਤਲਬ ਜਿੱਦਾਂ ਤੁਸੀਂ ਭੱਲੇ ਦੀ ਪਲੇਟ ਆ ਜਿਹੜੀ ਹੈਗੀ, ਇਹ ਪਾਪੀ ਭੱਲੇ ਦੀ ਔਰ ਜੀ ਨੇ ਬਰਗਰ ਦਾ। ਹਾਂਜੀ ਹਾਂਜੀ, ਸਾਡੀ ਫੇਵਰੇਟ ਆਈ ਹੈ। ਟੇਸਟ ਵਧੀਆ ਹੁੰਦਾ? ਹਾਂਜੀ ਹਾਂਜੀ, ਬਹੁਤ ਵਧੀਆ ਜੀ। ਇੰਜੋਇੰਗ? ਇੰਜੋਇੰਗ, ਬਾਰ ਬਾਰ ਆਉਂਗੇ ਜੀ ਆਪ। ਜਿਹੜਾ ਛੋਟਾ ਜਿਹਾ ਬੂਟਾ ਲਾਇਆ ਸੀਗਾ, ਇੱਕ ਸਿੰਪਲਿਸਿਟੀ ਤੋਂ ਸ਼ੁਰੂ ਕੀਤਾ ਤੁਸੀਂ ਔਰ ਅੱਜ ਇੱਕ ਬ੍ਰਾਂਡਿੰਗ ਵਾਲੇ ਪਾਸੇ ਜਾ ਰਹੇ ਹੋ। ਜਿਸ ਤਰੀਕੇ ਨਾਲ ਰਾਜੂ ਕੈਟਰਸ ਪਿਆ ਹੁੰਦਾ ਔਰ ਲੋਕਾਂ ਨੂੰ ਬੜੇ ਸਵਾਦਿਸ਼ਟ ਟੇਸਟ ਜਿਹੜੇ ਦੇ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਉਹ ਜਿਹੜਾ ਛੋਟਾ ਜਿਹਾ ਬੂਟਾ ਸੀਗਾ ਜਿਸ ਤੋਂ ਸ਼ਾਨਦਾਰ ਪੇੜ ਦਾ ਰੂਪ ਧਾਰਨ ਕੀਤਾ ਔਰ 12 ਸਾਲਾਂ ਦੇ ਵਿੱਚ ਲੋਕਾਂ ਦਾ ਦਿਲ ਜਿੱਤਿਆ ਮੁੱਲਾਪੁਰ ਦੇ ਵਾਲਾਂ ਦਾ, ਕੀ ਕਹਿਣਾ ਚਾਹੋਗੇ? ਸਾਡੇ ਇਸ ਕੰਮ ਨੂੰ ਜੀ 30 ਸਾਲ ਹੋ ਗਏ, 30 ਸਾਲ ਤੋਂ ਵੀ ਪਲੱਸ ਹੋ ਗਏ। ਬੂਟਾ ਮੇਰੇ ਪਾਪਾ ਜੀ ਦਾ ਲਾਇਆ ਹੋਇਆ, ਅਸੀਂ ਉਸ ਟਾਈਮ ਤੋਂ ਕੰਮ ਕਰਦੇ ਪਏ ਹਾਂ। ਉਹਦਾ ਜੋ ਸਾਡੀ ਪੁਰਾਣੀ ਪੁਰਾਣਾ ਜਿਹੜਾ ਮੁਕਾਮ ਉਹ ਆਗਰ ਨਗਰ ਹੈ, ਸਾਡੀ ਇੱਕ ਦੁਕਾਨ ਆਗਰ ਨਗਰ, ਇੱਕ ਮੁੱਲਾਪੁਰ ਅਤੇ ਇੱਕ ਜਗਰਾਓਂ ਹੈ ਔਰ 3 ਦੁਕਾਨਾਂ। ਸਾਰਾ ਬਿਜ਼ਨਸ ਸਾਡਾ ਬਹੁਤ ਪੁਰਾਣਾ ਬਿਜ਼ਨਸ ਹੈ, ਅਸੀਂ 2nd ਜਨਰੇਸ਼ਨ ਹੈ ਜਿਹੜੀ ਇਸ ਬਿਜ਼ਨਸ ਨੂੰ ਚਲਾ ਰਹੇ ਹਾਂ। ਕੀ ਕਹਿਣਾ ਚਾਹੋਗੇ ਕਿ ਕਿਸ ਪਾਸੇ ਤਾਂ ਲੋਕ ਬਾਹਰ ਭੱਜ ਰਹੇ ਨੇ ਔਰ ਇੱਕ ਪਾਸੇ ਆਪਾਂ ਜਿਹੜੇ ਲੋਕ ਆਪਣੇ ਵਿਰਾਸਤਾਂ ਨੂੰ ਸੰਭਾਲ ਗਏ ਹਾਂ ਉਹ ਅੱਗੇ ਵੱਧ ਰਹੇ ਹੈਗੇ ਆ, ਜਿੱਦਾਂ ਅੱਜ ਤੁਸੀਂ ਹੁਣ ਬ੍ਰਾਂਡ ਇੱਥੋਂ ਦਾ ਬਣ ਗਏ, ਮੁੱਲਾਪੁਰ ਦਾ ਬਣ ਗਏ, ਉਹ ਜਗਰਾਓਂ ਦਾ ਬਣ ਗਏ, ਉੱਧਰ ਲੁਧਿਆਣੇ ਦਾ, ਅਗਰ ਇਹੀ ਚੀਜ਼ਾਂ ਜਿਹੜੀਆਂ ਬਾਹਰ ਚਲੀਆਂ ਜਾਂਦੀਆਂ ਤਾਂ ਫਿਰ ਇੰਡੀਆ ਨੂੰ ਫਿਰ ਮਤਲਬ ਜੋ ਸਵਾਦਿਸ਼ਟ ਟੇਸਟ ਮਿਲ ਰਹੇ? ਨਹੀਂ, ਇੰਡੀਆ ਬਹੁਤ ਅੱਛਾ ਮੁਲਕ ਹੈ ਜੀ, ਇੱਥੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਗੀ, ਬਸ ਪ੍ਰੋਪਰ ਆਪਾਂ ਨੂੰ ਸਾਰਾ ਕੁਝ ਸਮਝਣ ਦੀ, ਇੱਥੇ ਕਿਸੇ ਵੀ ਗੱਲ ਦੀ ਘਾਟ ਨਹੀਂ ਗੀ, ਆਪਣਾ ਇੰਡੀਆ ਸਾਰੇ ਹਰ ਚੀਜ਼ ਲਈ ਬੈਸਟ ਆ। ਰਾਜੂ, ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਤੋਂ ਹੀ ਪਿਓਰ ਵੈਜ ਦਾ ਜਿਹੜਾ ਹੈਗਾ ਰੱਖਿਆ ਇੱਥੇ ਔਰ ਵੈਜੀਟੇਰੀਅਨ ਲੋਕਾਂ ਨੂੰ ਪਰੋਸ ਰਹੇ ਹੋ ਕਿ ਕਸਟਮਰ ਆਉਂਦਾ ਜਿਹੜਾ ਵੈਜੀਟੇਰੀਅਨ ਆ ਉਹਨੂੰ ਟੈਨਸ਼ਨ ਨਹੀਂ ਕੋਈ ਹੁੰਦੀ ਵੀ ਕਿਸੇ ਤਰ੍ਹਾਂ ਦਾ ਵੀ ਮੇਰੇ ਨਾਲ ਕੋਈ ਐਸੀ ਪ੍ਰੋਬਲਮ ਹੋ ਜੂ, ਕਿਉਂਕਿ ਆਪਾਂ ਦੇਖਦੇ ਹਾਂ ਜੇ ਢਾਬਿਆਂ 'ਤੇ ਜਾਂਦਾ ਬੰਦਾ ਹੋਰ ਜਾਂਦਾ ਤਾਂ ਉਹ ਨਾਲ ਦੀ ਨਾਲ ਕਈ ਵਾਰੀ ਉਹ ਨੌਨ ਵੈਜ ਵੀ ਪਰੋਸ ਜਾਂਦਾ। ਨਹੀਂ ਨਹੀਂ, ਸਾਡੇ ਕੋਲ ਸਾਰਾ ਟੋਟਲ ਵੈਜੀਟੇਰੀਅਨ ਕੰਮ ਹੈ, ਈਵਨ ਕਿ ਅਸੀਂ ਆਪ ਵੈਜੀਟੇਰੀਅਨ, ਨੌਨ ਵੈਜ ਹੈ ਹੀ ਨਹੀਂ ਗੇ। ਔਰ ਕਿਵੇਂ ਰਾਜੂ, ਜਿਹੜੇ NRI ਵੀਰ ਆ ਉਹ ਬਾਹਰੋਂ ਹੀ ਕਹਿੰਦੇ ਵੀ ਉਹਨੂੰ ਰਾਜੂ ਨੂੰ ਕਹਿ ਦਿਓ ਬਈ 100 ਬੰਦੇ ਦਾ ਅਰੇਂਜਮੈਂਟ, 200 ਬੰਦੇ ਦਾ ਅਰੇਂਜਮੈਂਟ, ਕਿਵੇਂ ਕੈਟਰਿੰਗ ਦੇ ਵਿੱਚ ਇੰਨਾ ਨਾਮ ਕਮਾਇਆ? ਸਰ, ਅਸੀਂ ਸ਼ੁਰੂ ਕੀਤੀ ਸੀ 50 ਬੰਦੇ ਤੋਂ, 5000 ਬੰਦੇ ਤੱਕ ਦੀ ਕੈਟਰਿੰਗ ਦਾ ਸਾਰਾ ਅਰੇਂਜਮੈਂਟ ਆਪਣੇ ਕੋਲ ਹੈ। ਜਿਵੇਂ ਕਿ ਮੈਂ ਦੱਸਿਆ, ਬਹੁਤ ਪੁਰਾਣਾ ਕੰਮ ਹੈ ਕੈਟਰਿੰਗ ਦਾ ਕੰਮ, ਮੈਨੂੰ ਕਰਦਿਆਂ ਨੂੰ 15 ਸਾਲ ਹੋ ਗਏ, ਮੁੱਲਾਪੁਰ ਦੇ ਵਿੱਚ ਹੀ ਕਰਦੇ ਹਾਂ ਅਤੇ ਇਨਡੋਰ ਅਤੇ ਆਊਟਡੋਰ ਦੋਨੋਂ ਕੈਟਰਿੰਗ ਸਾਡੇ ਕੋਲ ਅਵੇਲੇਬਲ ਆ। ਕਿਵੇਂ ਰਾਜੂ ਜੀ, ਜਿਹੜਾ ਹੈਗਾ ਆਪਾਂ ਇੱਥੇ ਵੀ ਦੇਖ ਰਹੇ ਹਾਂ ਵੀ ਤੁਸੀਂ ਟੇਸਟ ਜਿਹੜੇ ਹੈਗੇ ਆ ਤੁਹਾਡੇ ਸ਼ੈਫ ਜਿਹੜੇ ਹੈਗੇ ਆ ਉਹਨਾਂ ਨੂੰ ਖੁਦ ਗਾਈਡ ਕਰਦੇ ਹੋ, ਖੁਦ ਟੇਸਟ ਕਰਕੇ ਦੇਖਦੇ ਹੋ ਔਰ ਕੋਈ ਵੀ ਚੀਜ਼ ਜਿਹੜੀ ਹੈਗੀ ਜਿਹੜੀ ਤੁਹਾਨੂੰ ਲੱਗਦਾ ਕਿ ਇੱਕ ਦਿਨ ਤੋਂ ਵੀ ਜ਼ਿਆਦਾ ਕਬਲ ਦਾ ਬਚਦੀ ਨਹੀਂ ਕੋਈ ਚੀਜ਼, ਅਗਰ ਬਚ ਜਾਂਦੀ ਤਾਂ ਉਹਨੂੰ ਵੀ ਤੁਸੀਂ ਡਿਸਟਰੋਏ ਕਰਾ ਦਿੰਦੇ? ਜਾਂ ਤਾਂ ਉਹਨੂੰ ਡਿਸਟਰੋਏ ਕਰਦੇ ਹਾਂ ਜਾਂ ਤਾਂ ਫਿਰ ਉਹਨੂੰ ਸਾਂਭਣ ਦਾ ਤਰੀਕਾ ਇਹੋ ਜਿਹਾ ਹੁੰਦਾ ਕਿ ਜਿਹੜਾ ਅਗਲੇ ਦਿਨ ਵੀ ਉਹ ਬਹੁਤ ਅੱਛੀ ਤਰ੍ਹਾਂ ਮੇਨਟੇਨ ਹੋ ਕੇ ਰਹਿੰਦਾ ਸਮਾਨ, ਜਿਵੇਂ ਡੀ ਫਰਿਜ ਵਾਲਾ ਸਮਾਨ ਡੀ ਫਰਿਜ ਦੇ ਵਿੱਚ ਰਹਿੰਦਾ, ਆਪਣਾ ਤਾਂ ਬਚਦਾ ਨਹੀਂ ਪਰ ਜਿਹੜੀ ਚੀਜ਼ ਬਚਦੀ ਵੀ ਆ, ਚੀਜ਼ ਹੋ ਗਿਆ ਕੁਛ ਹੋ ਗਿਆ ਤਾਂ ਉਹ ਅੱਛੀ ਤਰ੍ਹਾਂ ਉਹਦੀ ਸਾਂਭਣ, ਡੀ ਫਰਿਜਾਂ ਸੱਟੀਆਂ ਲੱਗੀਆਂ ਹੋਈਆਂ ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਰਾਜੂ, ਜਿੱਦਾਂ ਅੱਜ ਲੋਕ ਬ੍ਰਾਂਡ ਬਣ ਚੁੱਕੇ ਨੇ, ਤੁਹਾਨੂੰ ਤੋਂ ਵੀ ਲੋਕ ਫਰੈਂਚਾਈਜ਼ੀਆਂ ਮੰਗਦੇ ਆ ਵੀ ਰਾਜੂ ਦੀ ਫਰੈਂਚਾਈਜ਼ੀ ਸਾਨੂੰ ਮੌਕੇ ਦੇ ਦਿਓ, ਸਾਨੂੰ ਹੋਰ ਸ਼ਹਿਰਾਂ 'ਚ ਦੇ ਦਿਓ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਵੀ ਅਟੈਚ ਕਰ ਸਕਦੇ ਹੋ ਜਿਹੜੇ ਲੋਕ ਵਧੀਆ ਪਹਿਲਾਂ ਬਿਜ਼ਨਸ ਕਰ ਰਹੇ ਹੋਣਗੇ ਔਰ ਇਹ ਫਰੈਂਚਾਈਜ਼ੀ ਚਾਹਣਗੇ? ਫਿਊਚਰ ਤਾਂ ਸਰ ਕਿਸੇ ਨੇ ਦੇਖਿਆ, ਪਰ ਸਾਡੀ ਕੋਸ਼ਿਸ਼ ਹੋ ਗਈ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਵੱਲ ਜਾਵਾਂਗੇ ਅਸੀਂ। ਪਰ ਮਤਲਬ ਇਸ ਜਗ੍ਹਾ ਦੇ ਉੱਤੇ ਕੀ ਆਪਾਂ ਦੇ ਰਹੇ ਹੈਗੇ ਹਾਂ ਲੋਕਾਂ ਨੂੰ? ਆਈਸਕ੍ਰੀਮ ਦਾ ਸਾਰਾ ਸੈਟਅਪ ਹੈ, ਚਾਟ ਗੋਲਪੇ ਦਾ ਚੌਪਾਟੀ ਸਿਸਟਮ ਹੈ, ਸਾਰਾ ਪਾਓ ਭਾਜੀ ਹੈ, ਡੋਸਾ ਹੈ, ਹਰ ਚੀਜ਼ ਯਾਨੀ ਕਿ ਹਾਈਜੈਨਿਕ ਅਤੇ ਵਧੀਆ ਵਾ। ਔਰ ਲੰਚ ਵਗੈਰਾ ਦਾ ਵੀ ਹੈ? ਨਹੀਂ ਨਹੀਂ, ਲੰਚ ਡਿਨਰ ਦਾ ਸਾਡੇ ਕੋਲ ਕੋਈ ਸਿਸਟਮ ਨਹੀਂ, ਅਸੀਂ ਸਿਰਫ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਕੋਈ ਪਲਾਨ ਨਹੀਂ ਹੈ। ਅਸੀਂ ਸਾਡੇ ਸਨੈਕਸਾਂ ਅਤੇ ਸਟਾਲ ਦੇ
ਚੌਪਾਟੀ ਆਈਟਮ ਦੇ ਵਿੱਚ ਹੀ ਸਾਡਾ ਫੋਕਸ ਹੈ ਔਰ ਅਸੀਂ ਇਹਨੂੰ ਕਰਨਾ ਚਾਹੁੰਦੇ ਹਾਂ। ਔਰ ਆਉਣ ਵਾਲੇ ਸਮੇਂ 'ਚ ਕਿੱਟੀ ਹਾਲ ਵਗੈਰਾ ਦਾ ਵੀ ਤੁਹਾਡਾ ਹੈ? ਕੈਟਰਿੰਗ ਦੇ ਕੰਮ ਦੇ ਵਿੱਚ ਅਸੀਂ ਪੂਰੀ ਫੂਡ ਦੀ ਕੁਆਲਿਟੀ ਦਿੰਦੇ ਹਾਂ, ਰੈਸਟੋਰੈਂਟ ਦੀ ਰੈਸਪੀ ਹੈ ਸਾਰੀ। ਕੈਟਰਿੰਗ ਦਾ ਕੰਮ ਅੱਜ ਵੀ ਬਹੁਤ ਹਾਈਜੈਨਿਕ ਤਰੀਕੇ ਨਾਲ ਕਰਦੇ ਹਾਂ ਅਸੀਂ, ਉਹ ਸਾਡੇ ਕੋਲ ਪੂਰਾ ਉਹਦਾ ਪ੍ਰੋਪਰ ਹੈਗਾ। ਔਰ ਆਉਣ ਵਾਲੇ ਸਮੇਂ ਵਿੱਚ ਮਾਈਂਡ 'ਚ ਤੁਹਾਡੇ ਕਿ ਅਸੀਂ ਇੱਥੇ ਕਿੱਟੀ ਹਾਲ ਵਗੈਰਾ ਔਰ ਹੋਰ ਵੀ ਇਹਨੂੰ ਸਟੈਬਲਿਸ਼ ਕਰੀਏ, ਕਿਉਂਕਿ ਲੋਕ ਜਿੰਨੇ ਤੁਹਾਡੇ ਨਾਲ ਜੁੜ ਗਏ ਉਹਨਾਂ ਨੂੰ ਲੱਗਦਾ ਕਿ ਰਾਜੂ ਦਾ ਜਿਹੜਾ ਕੈਟਰਿੰਗ ਦਾ ਕੰਮ ਉਹ ਬੜਾ ਸਸਤਾ ਜਿਹਾ ਪੈ ਜਾਂਦਾ ਸਾਨੂੰ, ਅਤੇ ਨਾਲ ਉਹ ਇਹ ਚਾਹੁੰਦੇ ਵੀ ਕਹਿੰਦੇ ਯਾਰ ਬੜਾ ਮਹਿੰਗਾ ਜਿਹੜੇ ਅਸੀਂ ਜਿਹੜੇ ਜਗ੍ਹਾ ਦੇਖਦੇ ਹੈਗੇ ਉਹ ਬੜੀਆਂ ਮਹਿੰਗੀਆਂ। ਆਉਣ ਵਾਲੇ ਸਮੇਂ ਸੋਚੀਏ ਵੀ ਕੋਈ ਕਿੱਟੀ ਹਾਲ ਵਗੈਰਾ ਵੀ ਤੁਸੀਂ ਨਾਲ ਅਟੈਚ ਕਰੋਗੇ? ਹਾਂ ਸਰ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਲਾਨ ਕਰ ਸਕਦੇ ਹਾਂ ਇਸ ਬਾਰੇ, ਜਦੋਂ ਕਦੇ ਕੋਈ ਟਾਈਮ ਹੋਏਗਾ ਆਪਣੇ ਆਪ ਸਭ ਕੁਝ ਹੋ ਜਾਏਗਾ, ਪਰਮਾਤਮਾ ਜਦੋਂ ਚਾਹੇਗਾ ਤਾਂ। ਦਰਸ਼ਕੋ ਆਪਾਂ ਦੇਖ ਸਕਦੇ ਹਾਂ ਕਿ ਇੱਕ ਛੋਟਾ ਜਿਹਾ ਬੂਟਾ ਜਿਹੜਾ ਲੱਗ ਕੇ ਅੱਜ ਤਿੰਨ ਜਗ੍ਹਾ ਦੇ ਆਊਟਲੈਟ ਇਹਨਾਂ ਦੇ ਜਿਹੜੇ ਹੈਗੇ ਰਾਜੂ ਜੀ ਦੇ ਹੈਗੇ ਨੇ। ਔਰ ਇਸੇ ਤਰੀਕੇ ਨਾਲ ਜਿਹੜਾ ਬੰਦਾ ਮਿਹਨਤ ਕਰਦਾ ਉਸ ਪੋਜ਼ਿਟਿਵਿਟੀ ਨਾਲ ਚੱਲਦਾ ਹੈਗਾ, ਉਹ ਅੱਗੇ ਵੱਧਦਾ। ਸਰ ਤੁਹਾਡਾ ਸਾਨੂੰ ਸਮਾਂ ਦੇਣ ਲਈ ਧੰਨਵਾਦ। ਥੈਂਕ ਯੂ ਸਰ। ਐਕਸਪੀਰੀਅੰਸ ਤੁਹਾਡੇ ਰਾਜੂ ਸਵੀਟਸ ਦੇ ਨਾਲ, ਔਰ ਰਾਜੂ ਦਾ ਜਿਹੜਾ ਆਪਾਂ ਦੇਖ ਸਕਦੇ ਹਾਂ ਗੋਲ ਗੱਪੇ, ਇੱਥੇ ਟਿੱਕੀ, ਚਾਟ, ਪਾਓ ਭਾਜੀ। ਸਰ ਬਹੁਤ ਵਧੀਆ ਐਕਸਪੀਰੀਅੰਸ ਹੈਗਾ, ਮੈਂ ਕਾਫੀ ਟਾਈਮ ਤੋਂ ਇੱਧਰ ਆ ਰਿਹਾ ਹੈਗਾ ਲੁਧਿਆਣੇ ਤੋਂ, ਇੱਧਰ ਇਨਫੈਕਟ ਖਾਣ ਨਹੀਂ ਆਇਆ ਸਪੈਸ਼ਲ। ਔਰ ਲੁਧਿਆਣੇ ਤੋਂ ਮਤਲਬ ਇੱਥੇ ਪ੍ਰੈਫਰ ਕੀਤਾ? ਹਾਂਜੀ ਭਾਜੀ, ਕਿੱਦਾਂ ਲੱਗਦੀਆਂ ਚੀਜ਼ਾਂ? ਬਹੁਤ ਵਧੀਆ ਜੀ, ਬਹੁਤ ਸਵਾਦ ਨੇ, ਟੇਸਟ ਬਹੁਤ ਵਧੀਆ ਨੇ। ਹਾਂਜੀ, ਇਹਨਾਂ ਦਾ ਕਿਤੇ ਵੀ ਟੇਸਟ ਇਹੋ ਜਿਹਾ ਮਿਲਿਆ ਨੀਗਾ। ਗਾਹਕ ਜਿਹੜੇ ਆਉਂਦਾ ਉਹ ਬਠਿੰਡੇ ਤੋਂ ਗਾਹਕ ਆਏ ਸੀਗੇ, ਉਹ ਇੱਥੇ ਖਾ ਕੇ ਗਏ, ਫੋਟੋ ਖਿੱਚ ਕੇ ਗਏ ਮੇਨ, ਅਤੇ ਉਹ ਕਹਿ ਕੇ ਗਏ ਕਹਿੰਦੇ ਅਸੀਂ ਹੋਰਾਂ ਵੀਰਾਂ ਨੂੰ ਦੱਸਾਂਗੇ ਵੀ ਇੱਥੇ ਆ ਕੇ ਖਾਓ।